ਨਿਆਲ ਸਿੰਘ ਔਲਾ ਦੀ ਲਾਇਨਜ਼ ਕਲੱਬ ਵੱਲੋਂ ਮਾਰਨਿੰਗ ਵਾਕ ਇਨਸਪਾਇਰੇਸ਼ਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਨਿਆਲ ਸਿੰਘ ਔਲਾ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਜਿਸ ਵਿੱਚ ਔਰਤਾਂ ਬੱਚਿਆਂ ਤੇ ਨੌਜਵਾਨਾਂ ਦੀਆਂ ਰੇਸਾਂ ਕਰਵਾਈਆਂ ਗਈਆਂ ਇਹਨਾਂ ਰੇਸਾਂ ਵਿੱਚ ਨਿਆਲ ਸਿੰਘ ਔਲਾ ਦੇ ਸੁਖਵੀਰ ਵਿਰਕ ਤੇ ਸੁਪਰੀਆ ਮੈਡਮ ਨੇ ਪਹਿਲਾ ਸਥਾਨ ਹਾਸਲ ਕੀਤਾ ਇਹਦੇ ਨਾਲ ਹੀ ਬਹੁਤ ਸਾਰੇ ਭਾਗ ਲੈਣ ਵਾਲਿਆਂ ਨੂੰ ਪਹਿਲੇ ਦੂਜੇ ਤੀਜੇ ਸਥਾਨ ਪ੍ਰਾਪਤ ਕਰਨ ਦੇ ਸਨਮਾਨਿਤ ਕੀਤਾ ਗਿਆ ਇਸ ਕੈਂਪ ਤੋਂ ਬਾਅਦ ਕ੍ਰਿਕਟ ਦਾ ਮੈਚ ਵੀ ਖੇਡਿਆ ਗਿਆ ਜਿਸ ਵਿੱਚ ਅਜੇ ਸੇਠੀ ਨੇ 42 ਦੌੜਾਂ ਬਣਾ ਕੇ ਮੈਨ ਆਫ ਦਾ ਮੈਚ ਬਣ ਕੇ ਪਹਿਲਾ ਸਥਾਨ ਹਾਸਲ ਕੀਤਾ ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਇੰਦਰਜੀਤ ਗਰਗ ਜੋਲੀ ਤੋਂ ਇਲਾਵਾ ਕਲੱਬ ਦੇ ਮੈਂਬਰ ਤੇ ਨਿਆਲ ਸਿੰਘ ਵਾਲਾ ਦੇ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜੀਵੀਐਸ ਟਾਈਮ ਚੈਨਲ ਲਈ ਨਿਆਲ ਸਿੰਘ ਵਾਲਾ ਤੋਂ ਜਗੂਰ ਜਾਤ ਦੀ ਰਿਪੋਰਟ ਛੁੱਟ ਪਿਆ ਇਹ ਤਾਂ ਨਹੀਂ ਰਲਣ ਦਿੰਦਾ ਕਿਸੇ ਨੂੰ ਕੇਵਲ ਨਹੀਂ ਰਲਣ ਦਿੰਦਾ ਕਿਸੇ ਨੂੰ ਆ ਜਾ ਲਾਈਨ ਟੱਚ ਕਰੋ ਵੀਰੇ ਪਤਾ ਸੀ ਕਿਹੜੀ ਹੈ ਆ ਨੀਰ ਚ ਕੱਲਾ ਗਾਂ ਜਾਣਾ ਬਸ ਆਸ਼ੂ ਦੇ ਫੜ ਗਿਆ ਰੇਸ ਉੱਥੇ ਜਾ ਕੇ ਰੋਕ ਜਾਣਾ ਜਿਹੜਾ ਪਹਿਲੇ ਨੰਬਰ ਤੇ ਉਹ ਖੜ ਗਿਆ ਹੋਏ ਸਪੀਡ ਨਾਲ ਨਿਕਲੋ ਜੀ ਤੂੰ ਖੁੱਡੀ ਬੇਇੱਜ਼ਤੀ ਕਰਾਤੀ ਤੁਰਪਾ ਭੈਣ ਦੇ ਵੀਰਾ ਤੁਰਪਾ ਤੁਰਪਾ ਖਿੱਚਦੇ ਆ ਗਿਆ ਕੰਮ ਸੋਨੂੰ ਖਿੱਚਦੇ ਸੋਨੂੰ ਯਾਰ ਕੀ ਕਰੀ ਜਾਂਦਾ ਰੇਸ ਲਾਜ਼ਮੀ ਪੂਰੀ ਕਰਨੀ ਹੈ ਨਾ ਹੋਵੇ ਕਿਤੇ ਵਿੱਚ ਰਹੇ ਜੇ ਕੰਮ ਮੇਲੇ ਤੇ ਫਿਰਦੇ ਆ ਮੇਲੇ ਵਾਲੇ ਆ ਗਏ ਖਿੱਚ ਦੋ ਸਾਨੂੰ ਹੁਣ ਤੁਹਾਡੀ ਵਾਰੀ ਆ ਬਾਈ ਪਹਿਲਾਂ ਉਹ ਰਾਉਂਡ ਅੱਗੇ ਸੀ ਚਲੋ ਚਲੋ ਭਾਜੀ ਚਲੋ ਬਿੱਟੇ ਹੁਣ ਤੁਹਾਡੀ ਵਾਰੀ ਆ ਅੱਗੇ ਹੁਣ ਦੀ ਵਾਹ ਜੀ ਵਾਹ ਵਾਹ ਜੀ ਵਾਹ ਗੋਡਾ ਕਾਲੇ 10 ਮਿੰਟ ਕਰਾ ਦਿਓ 10 ਮਿੰਟ ਕਰ ਦਿਓ ਸੁਖਵੀਰ ਜਾ ਨੀਰ ਜੀ
चल किसे पासे दा मूहरे आया।